ਮਾਨ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੱਲ ਜੰਤਰ ਮੰਤਰ ਦੇ ਵਿੱਚ ਕਾਫੀ ਵੱਡਾ ਪ੍ਰਭਾਵਸ਼ਾਲੀ ਇਕੱਠ ਸੀ ਕੱਲ। ਆਮ ਤੌਰ ਤੇ ਇਸ ਤਰ੍ਹਾਂ ਦੇ ਇਕੱਠ ਸ਼੍ਰੋਮਣੀ ਅਕਾਲੀ ਦਲ ਕਰਦੇ ਨਜ਼ਰ ਆਉਂਦੇ ਨੇ, ਜਿਸ ਤਰ੍ਹਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਕੱਠ ਕੀਤਾ ਸੀ ਔਰ ਉਸ ਇਕੱਠ ਦੇ ਵਿੱਚ ਉਸ ਪ੍ਰਦਰਸ਼ਨ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹਨਾਂ ਨੇ ਬੜੇ ਤਿੱਖੇ ਹਮਲੇ ਜਿਹੜੇ ਨੇ ਉਹ ਕੀਤੇ ਸੀ। ਵੈਸੇ ਮੈਂ ਦੇਖ ਰਿਹਾ ਸੀ ਕੱਲ ਕਾਫੀ ਲੀਡਰਸ਼ਿਪ ਉਹਨਾਂ ਦੀ ਉੱਥੇ ਪਹੁੰਚੀ ਹੋਈ ਸੀ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਈ ਕਿਸਮ ਦੀਆਂ ਕਈ ਘਟਨਾਵਾਂ ਇੱਕ ਦਿਨ ਚ ਕੱਲ ਵਾਪਰੀਆਂ ਨੇ। ਪਹਿਲਾਂ ਤਾਂ ਜਿਹੜਾ ਮੈਂ ਮੰਗ ਪੱਤਰ ਉਹਨਾਂ ਨੂੰ ਦੇਖਿਆ ਉਹੀ ਬੰਦੇ ਜਿਹਨਾਂ ਦੇ ਮੰਗ ਪੱਤਰ ਦੇ ਵਿੱਚ ਸਿਗਨੇਚਰ ਮੈਂ ਦੇਖ ਰਿਹਾ ਸੀ, ਸਿਮਰਜੀਤ ਸਿੰਘ ਮਾਨ, ਮੁਹੰਮਦ ਫਾਰੂਕ ਕੁਰੈਸ਼ੀ ਇਹ ਵਿੱਤ ਪ੍ਰਧਾਨ ਨੇ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਜਨਰਲ ਸਕੱਤਰ, ਮਹਿੰਦਰਪਾਲ ਸਿੰਘ ਜਨਰਲ ਸਕੱਤਰ, ਇਮਾਨ ਸਿੰਘ ਮਾਨ ਯੂਥ ਦੇ ਸਰਪ੍ਰਸਤ ਨੇ, ਗੁਰਸੇਵ ਸਿੰਘ ਜਵਾਹਰ ਕੇ ਜਨਰਲ ਸਕੱਤਰ, ਮਤਲਬ ਇਹ ਸਾਰੇ ਬੰਦੇ ਉੱਥੇ ਪਹੁੰਚੇ ਹੋਏ ਸੀ ਤੇ ਇਹਨਾਂ ਨੇ ਸਭ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਹੈ ਆਪਣੀ ਆਪਣੀ ਗੱਲ ਜਾਂ ਆਪਣੀ ਆਪਣੀ ਮੰਗ ਉੱਥੇ ਕੀਤੀ। ਲੇਕਿਨ ਜਦੋਂ ਸਿਮਰਨਜੀਤ ਸਿੰਘ ਮਾਨ ਮੀਡੀਆ ਨੂੰ ਇਹ ਕਹਿ ਰਹੇ ਨੇ ਉਹ ਆਪਣੇ ਆਪ ਚ ਵੱਡੀ ਗੱਲ ਆ, ਉਹ ਕਹਿੰਦੇ ਕਿ ਜਦੋਂ ਸਜ਼ਾ ਪੂਰੀ ਕਰ ਲਈ ਹੁਣ ਕਿਉਂ ਨੀ ਉਹਨਾਂ ਨੂੰ ਛੱਡਿਆ ਜਾ ਰਿਹਾ, ਜੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ ਹੈ ਤਾਂ ਸਿੱਘਾਂ ਨੂੰ ਕਿਉਂ ਨੀ ਛੱਡ ਰਹੇ ਤੁਸੀਂ। ਇੱਥੇ ਉਹਨਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ ਕਿਸੇ ਵੀ ਤਰਕ ਦਾ। ਉਹ ਕਹਿੰਦੇ ਨੇ ਜਦੋਂ ਛੱਡ ਚੁੱਕ ਸਜ਼ਾ ਪੂਰੀ ਹੋ ਚੁੱਕੀ ਹੈ ਕੀ ਤਰਕ ਹੈ ਸਰਕਾਰ ਕੋਲ, ਫਿਰ ਉਹ ਆਪਣੀ ਗੱਲ ਕਹਿੰਦੇ ਨੇ। ਕਹਿੰਦੇ ਅਸਲ ਦੇ ਵਿੱਚ 47 ਤੋਂ ਬਾਅਦ ਨਾ ਸਾਡੀ ਬਦਕਿਸਮਤੀ ਹੈ, ਸਿਮਰਨਜੀਤ ਸਿੰਘ ਮਾਨ ਕਹਿੰਦੇ ਕਿ ਜਿਹੜੇ ਰਵਾਇਤੀ ਸਿੱਖ ਨੇ ਜਿਹੜੀ ਸਿੱਧਾ ਨਿਸ਼ਾਨਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ, ਇਹਨਾਂ ਦੇ ਹੱਥ ਰਹੀ ਸਾਡੀ ਬਾਗਡੋਰ, ਇਹ ਰਹੇ ਨੇ RSS ਦੇ ਨੇੜੇ, ਇਹਨਾਂ ਨੇ ਕੀਤਾ ਸਿੱਖਾਂ ਨਾਲ ਧੱਕਾ ਤੇ ਧੋਖਾ ਤੇ ਧੱਕਾ ਕਹਿੰਦੇ ਲਗਾਤਾਰ ਇਹ ਕਰਦੇ ਆ ਰਹੇ ਨੇ। ਕੱਲ ਇਸ ਇਕੱਠ ਦੇ ਵਿੱਚ ਤੇ ਇਦੂ ਬਾਅਦ ਮੀਡੀਆ ਦੇ ਵਿੱਚ ਇਹ ਗੱਲ ਕੀਤੀ ਤੇ ਫਿਰ ਮਾਨ ਸਾਹਿਬ ਨੇ ਸੱਦਾ ਦਿੱਤਾ ਕਿ 14-15 ਅਗਸਤ ਨੂੰ ਕੇਸਰੀ ਨਿਸ਼ਾਨ ਲਹਿਰਾਓ ਤੇ ਨਾਲ ਉਹਨਾਂ ਨੇ ਕਿਹਾ ਕਿ ਕਿਸੇ ਨੇ ਜਿਹੜਾ ਹੈ ਗੁਰਦੁਆਰੇ ਤੇ ਤਿਰੰਗਾ ਝੰਡਾ ਨਹੀਂ ਲਹਿਰਾਉਣਾ। ਇਹ ਗੱਲ ਮੈਂ ਤੁਹਾਨੂੰ ਦੱਸਦਾ, ਜੇ ਲਹਿਰਾਉਣਾ ਤੁਸੀਂ ਕਹਿੰਦੇ ਤਾਂ ਜੇ ਤੁਹਾਡੇ ਚ ਹਿੰਮਤ ਹੈ ਤਿਰੰਗਾ ਲਹਿਰਾਉਣ ਦੀ ਤਾਂ ਚੀਨ ਦੇ ਬਾਰਡਰ ਤੇ ਲਦਾਖ ਚ ਜਾ ਕੇ ਦਿਖਾਓ, ਕਿਉਂਕਿ ਉਹ ਲਗਾਤਾਰ ਕਹਿੰਦੇ ਨੇ ਕਿ ਲਦਾਖ ਦੇ ਏਰੀਏ ਦੇ ਵਿੱਚ ਚੀਨ ਦਾ ਕਬਜ਼ਾ ਹੈ। ਖੈਰ ਇਹ ਗੱਲ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਕਈ ਗੱਲਾਂ ਕੱਲ ਹੋਈਆਂ। ਇੱਕ ਗੱਲ ਇਹ ਹੋਈ ਕਿ ਬਹੁਤ ਸਾਰੇ ਲੀਡਰ ਉੱਥੇ ਮਿਲ ਗਏ ਜੰਤਰ ਮੰਤਰ ਤੇ ਸੰਜੇ ਸਿੰਘ ਨੂੰ, ਜਿਹੜਾ ਕਿ ਰਾਜ ਸਭਾ ਦਾ ਮੈਂਬਰ ਹੈ, ਕਿਸੇ ਸਮੇਂ ਆਮ ਆਦਮੀ ਪਾਰਟੀ ਦਾ ਇੰਚਾਰਜ ਸੀ ਪੰਜਾਬ ਦਾ। ਸੰਜੇ ਸਿੰਘ ਨੂੰ ਕਹਿੰਦੇ ਕਿ ਤੁਸੀਂ ਘੱਟੋ ਘੱਟ ਇੱਕ ਜਿਹੜਾ ਬੰਦੀ ਹੈ ਉਹ ਤਾਂ ਤੁਹਾਡੇ ਹੱਥ ਚ ਹੈ, ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ, ਇਹਨੂੰ ਕਿਉਂ ਨੀ ਛੱਡਦੇ ਤੁਸੀਂ। ਉਹਨੇ ਖਹਿੜਾ ਛਡਾਉਣ ਲਈ ਇਹਨਾਂ ਦੇ ਮੁਤਾਬਕ ਇਹ ਕਹਿਤਾ ਸੰਜੇ ਸਿੰਘ ਨੇ ਕਿ ਤੁਸੀਂ ਮੇਰੇ ਰਿਹਾਇਸ਼ ਤੇ ਆ ਜਾਓ, ਆਪਾਂ ਗੱਲ ਕਰਦੇ ਹਾਂ ਕੇਜਰੀਵਾਲ ਸਾਹਿਬ ਨਾਲ, ਤੁਹਾਡੇ ਨਾਲ ਸਲਾਹ ਕਰਦੇ ਹਾਂ। ਇਹਨਾਂ ਚੋਂ 10-15 ਸਿੰਘ ਮੈਂ ਦੇਖਿਆ ਸੰਜੇ ਸਿੰਘ ਦੀ ਰਿਹਾਇਸ਼ ਤੇ ਚਲੇ ਗਏ, ਬੜਾ ਬਾਹਰ ਉਹਦੇ ਬਾਗਬਾਨੀ ਵਾਲਾ ਬੜਾ ਹਰਾ ਭਰਾ ਘਰ ਹੈ, ਉੱਥੇ ਇਹ ਖੜੇ, ਉੱਥੇ ਇਹਨਾਂ ਨੇ ਇੱਕ ਵੀਡੀਓ ਬਣਾਈ। ਕਿਉਂ ਬਣਾਉਣੀ ਪਈ? ਕਿਉਂਕਿ ਸੰਜੇ ਸਿੰਘ ਉੱਥੋਂ ਜਿਹੜਾ ਹੈ ਗਾਇਬ ਹੋ ਗਿਆ ਇਹਨਾਂ ਨੂੰ ਟਾਈਮ ਦੇ ਕੇ। ਉਹ ਕਹਿੰਦੇ ਆ ਦੇਖ ਲਓ ਇਹ ਆਮ ਆਦਮੀ ਪਾਰਟੀ ਕਹਿੰਦੀ ਕੁਛ ਹੈ ਕਰਦੀ ਕੁਛ ਹੈ, ਸਾਨੂੰ ਸੰਜੇ ਸਿੰਘ ਨੇ ਘਰੇ ਬੁਲਾ ਕੇ ਆਪ ਉਹ ਇੱਥੋਂ ਚਲਿਆ ਗਿਆ। ਤੋ ਹੁਣ ਕਹਿੰਦੇ ਕਿ ਅਸੀਂ ਲੋਕਾਂ ਦੇ ਸਾਹਮਣੇ ਇਹ ਕੇਸ ਰੱਖ ਰਹੇ, ਉਹਨਾਂ ਨੇ ਵੀਡੀਓ ਬਣਾ ਕੇ ਪਾ ਦਿੱਤੀ। ਇਹ ਹੈਗਾ ਦੂਜਾ। ਤੀਜਾ ਜਿਹੜਾ ਸਾਈਡ ਸਟੋਰੀ ਹੈ ਉਹ ਪਾਣੀਪਤ ਦੀ ਹੈ। ਪਾਣੀਪਤ ਟੋਲ ਪਲਾਜ਼ੇ ਤੇ ਵੀ ਪ੍ਰਦਰਸ਼ਨ ਕੀਤਾ। ਤੋ ਉਹ ਤਾਂ ਚਲੋ ਅਕਸਰ ਜਦੋਂ ਇਕੱਠ ਚ ਜਾਂਦਾ ਹੈ ਉਦੋਂ ਕਈ ਕਿਸਮ ਦੀਆਂ ਗੱਲਾਂ ਹੋ ਜਾਂਦੀਆਂ ਨੇ, ਪਰ ਇਹ ਗੱਲ ਨੂੰ ਆਪਾਂ ਇਸ ਤਰ੍ਹਾਂ ਸਮਾਪਤ ਕਰ ਲਈਏ ਕਿ ਕੱਲ ਤਕੜੀ ਹਾਜ਼ਰੀ ਲਵਾਈ ਸਿਮਰਨ ਸਿੰਘ ਮਾਨ ਨੇ।